ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਸ਼ਹਿਰ ਦੀ ਪਾਸ਼ ਕਲੋਨੀ ਗ੍ਰੀਨ ਮਾਡਲ ਟਾਊਨ ਵਿੱਚ ਬੁੱਧਵਾਰ ਦੇਰ ਰਾਤ ਚੋਰ ਅਰੋੜਾ ਡਿਜ਼ਾਈਨਰ ਸਟੂਡੀਓ ਤੇ ਹੱਥ ਸਾਫ਼ ਕਰ ਗਏ। ਉੱਥੋਂ ਕਰੀਬ 12 ਲੱਖ ਰੁਪਏ ਦੇ ਸੂਟ ਅਤੇ ਹੋਰ ਕੱਪੜੇ ਚੋਰੀ ਕਰਕੇ ਉਹ ਆਪਣੇ ਨਾਲ ਲੈ ਗਏ। ਚੋਰ ਇੰਨੇ ਚਲਾਕ ਸੀ ਕਿ ਉਹ ਕੈਮਰਿਆਂ ਦੀ ਰਿਕਾਰਡਿੰਗ ਕਰਨ ਵਾਲਾ DVR ਵੀ ਨਾਲ ਲੈ ਗਏ। ਦੁਕਾਨ ਦੇ ਮਾਲਕ ਅਜੇ ਅਰੋੜਾ ਨੇ ਦੱਸਿਆ ਹੈ ਕਿ ਸਵੇਰੇ ਕਿਸੇ ਨੇ ਫੋਨ ਕਰਕੇ ਸ਼ਟਰ ਦੇ ਤਾਲੇ ਟੁੱਟੇ ਹੋਣ ਦੀ ਸੂਚਨਾ ਦਿੱਤੀ। ਜਦੋਂ ਦੁਕਾਨ ਅੰਦਰ ਆਏ ਤਾਂ ਸਾਰਾ ਸਮਾਨ ਗਾਇਬ ਸੀ। ਉਹਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਦੋ ਨੌਜਵਾਨ ਦੁਕਾਨ ਵਿੱਚ ਕਿਸੇ ਬਹਾਨੇ ਨਾਲ ਕੈਮਰਿਆਂ ਦੀ ਰਿਕਾਰਡਿੰਗ ਦੇਖਣ ਆਏ ਸਨ। ਮੌਕੇ ਤੇ ਪੁਲਿਸ ਅਤੇ ਪਾਰਸ਼ਦ ਬਲਰਾਜ ਪਹੁੰਚੇ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰ ਜਿਹੜੀ ਹੈ ਚੋਰੀ ਹੋਈ ਇਹਦੇ ਬਾਰੇ ਦੱਸ ਦਿਓ ਜਰਾ। ਸਰ ਐਕਚੁਲੀ ਮੈਂ ਨਾ ਸਵੇਰੇ ਆਪਣੇ ਬੱਚੇ ਸਕੂਲ ਛੱਡਣ ਜਾਂਦਾ ਹੁੰਦਾ, ਉਹ 6:30 ਵਜੇ ਜਾ ਰਿਹਾ, ਅਕੈਡਮੀ ਬੱਚੇ ਛੱਡ ਰਿਹਾ ਸੀ, ਆਪਣੀ ਦੁਕਾਨ ਦੇ ਕੋਲੋਂ ਨਿਕਲਿਆ, ਦੇਖਿਆ ਸ਼ਟਰ ਥੋੜਾ ਜਿਹਾ ਚੱਕਿਆ ਹੋਇਆ ਵਾ, ਤੋ ਮੈਂ ਰੋਕ ਕੇ ਗੱਡੀ ਆਪਣੀ ਸ਼ਟਰ ਚੱਕਿਆ ਤੇ ਦੇਖਿਆ ਸਾਰਾ ਸਮਾਨ, ਤੁਸੀਂ ਦੇਖ ਲਓ ਸਾਰਾ, ਜੋ ਸਾਰਾ ਸਮਾਨ ਚੋਰੀ ਹੋ ਗਿਆ। ਤੇ ਸਰ ਇਹ ਕਿਸ ਚੀਜ਼ ਦੀ ਦੁਕਾਨ ਸੀ ਆਪਣੀ? ਸਰ ਇਹ ਰੋੜਾ ਡਾਰਕ ਸਾਡੀ ਲੇਡੀਜ਼ ਗਾਰਮੈਂਟਸ ਦੀ ਦੁਕਾਨ ਹੈਗੀ, ਲੇਡੀਜ਼ ਸੂਟ ਡਰੈਸਿਸ ਕੈਜੂਅਲ ਵੇਅਰ ਸਾਰਾ ਕੁਛ ਜਿਹੜਾ ਸਾਡੇ ਬਾਕੀ ਸਮਾਨ ਵੀ ਤੇ ਤੁਸੀਂ ਡਿਵੀਆਰ ਵੀ ਪਟਤਾ ਉਹਨਾਂ ਨੇ ਤੇ ਐਲਸੀਡੀ ਵੀ ਨਾਲ ਹੀ ਲੈ ਗਏ ਆਪਣੇ। ਠੀਕ ਹੈ, ਉਹਦਾ ਕੈਮਰੇ ਲੱਗੇ ਸੀ ਤੁਹਾਡੇ? ਹਾਂਜੀ ਕੈਮਰੇ ਲੱਗੇ ਹੋਏ ਸਾਡੇ, ਇੱਕ ਲੱਗੇ, ਦੋ ਇੱਥੇ ਥੱਲੇ ਲੱਗੇ, ਇੱਕ ਬਾਹਰ ਵੀ ਕੈਮਰਾ ਲੱਗਾ ਹੋਇਆ। ਤੇ ਇਹ ਚੋਰੀ ਕਿੰਨੇ ਕੁ ਹੋਈ ਪਤਾ ਲੱਗਾ ਕੁਛ? ਨਹੀਂ ਹਲੇ ਇੰਨਾ ਦਾ ਨਹੀਂ ਪਤਾ ਲੱਗਾ, ਪਰ 2-4 ਦੇ ਵਿੱਚ ਵਿੱਚ ਰਾਤ ਦੇ ਉਮੀਦ ਹੈਗੀ ਹੈ ਕਿ ਇੰਨੇ ਕੁ ਵਿੱਚ ਚੋਰ ਲੈ ਕੇ ਗਏ ਹੋਣੇ ਚੋਰੀ ਕਰਕੇ। ਤੇ ਪੁਲਿਸ ਕੰਪਲੇਂਟ ਕੀਤੀ ਤੁਸੀਂ? ਹਾਂਜੀ ਪੁਲਿਸ ਕੰਪਲੇਂਟ ਹੋਈ ਹੋਈ। ਮੌਕੇ ਪੁਲਿਸ ਪਹੁੰਚੀ ਕਿ ਨਹੀਂ? ਮੌਕੇ ਤੇ ਪੁਲਿਸ ਪਹੁੰਚ ਗਈ ਸੀ ਸਵੇਰੇ, ਗੁਰਦੇਵ ਸਿੰਘ ਜੀ ਐਡੀਸ਼ਨਲ SHO 6 ਚੌਂਕੀ ਲਿਆਏ ਸੀਗੇ, ਤੇ ਹੁਣ ਉੱਥੇ ਜਾ ਕੇ FIR ਦਰਜ ਕਰਾਉਣ ਜਾ ਰਹੇ ਹਾਂ। ਆਪਣਾ ਕੀ ਨਾਮ ਆ ਭਾਈ? ਮੇਰਾ ਅਜੇ ਰੋੜਾ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ।